ਅਟਲ ਸਰਕਾਰ ਮੁਰਦਾਬਾਦ 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 ਜਿਹੜਾ ਸਰਕਾਰ ਦਾ ਬੇੜਾ ਹੀ ਕਰਤਾ ਬਾਜੀ ਗੁਰਦੇਵ ਸਿੰਘ ਵਰਪਾਲ ਕਿਸਾਨ ਸੰਘਰਸ਼ ਕਮੇਟੀ ਦਾ ਮੀਤ ਪ੍ਰਧਾਨ ਜਿਹੜਾ ਤੁਹਾਡੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਗੋਲਡਨ ਗੇਟ ਤੇ ਕੀ ਕਹਿਣਾ ਵੇਖੋ ਜੀ ਅੱਜ ਅਸੀਂ ਜਿਹੜਾ ਵਾ ਜਿਹੜਾ ਸ਼ੁਭ ਕਰਨਦੀਪ ਸਿੰਘ ਸਾਡਾ ਜਿਹੜਾ ਬਾਰਡਰ ਦੇ ਉੱਤੇ ਆ ਉਹ ਮਾਰਿਆ ਗਿਆ ਤੇ ਉਹਦੇ ਵਰਗੇ ਨੇਕਾਂ ਨੌਜਵਾਨ ਜਿਹੜੇ ਨੇ ਉਹ ਵੀ ਉੱਥੇ ਮਾਰੇ ਗਏ ਨੇ ਲਾਪਤਾ ਨੇ ਕੁਛ ਉਹਨਾਂ ਨੇ ਬੋਰੀਆਂ 'ਚ ਪਾ ਕੇ ਖੜੇ ਆ ਖੱਟਰ ਸਰਕਾਰ ਨੇ ਇਸ ਕਰਕੇ ਅਸੀਂ ਖੱਟਰ ਸਰਕਾਰ ਦਾ ਅਤੇ ਮੋਦੀ ਸਰਕਾਰ ਦਾ ਜਿਹੜਾ ਵਾ ਉਹ ਅੱਜ ਅਸੀਂ ਸਮੁੱਚੇ ਭਾਰਤ ਦੇ ਵਿੱਚ ਜਿਹੜੇ ਆ ਉਹ ਪੁਤਲੇ ਸਾੜ ਰਹੇ ਹਾਂ ਕਿਉਂਕਿ ਸਾਡਾ ਜਿਹੜਾ ਵਾ ਜੰਗ ਵਾਲੀ ਸਥਿਤੀ ਉਹਨਾਂ ਨੇ ਬਣਾ ਦਿੱਤੀ ਆ ਉੱਥੇ ਅਤੇ ਕਿਧਰੇ ਸਾਡਾ ਉੱਥੇ ਚੀਨ ਵਾਲਾ ਬਾਰਡਰ ਬਣਾ ਕੇ ਰੱਖ ਦਿੱਤਾ ਵਾ ਸਾਡਾ ਉਹਨਾਂ ਨੇ ਪਾਕਿਸਤਾਨ ਵਾਲਾ ਬਾਰਡਰ ਬਣਾ ਤਾ ਪਰ ਸਾਡੇ ਕਿਸਾਨ ਜਿਹੜੇ ਸੀਗੇ ਉਹ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਸੀਗਾ ਉਹ ਲੜਨ ਵਾਸਤੇ ਨਹੀਂ ਸੀ ਉੱਥੇ ਗਏ ਸ਼ਾਂਤਮਈ ਤਰੀਕੇ ਨਾਲ ਬਹਿਣ ਵਾਸਤੇ ਗਏ ਸੀਗੇ ਅਸੀਂ ਸੈਂਟਰ ਸਰਕਾਰ ਕੋਲ ਉਹਨਾਂ ਜਗ੍ਹਾ ਮੰਗੀ ਸੀਗੀ ਵੀ ਉੱਥੇ ਸਾਨੂੰ ਜਗ੍ਹਾ ਦੇ ਦਿਓ ਸਾਡਾ MSP ਗਰੰਟੀ ਕਾਨੂੰਨ ਆ ਉਹਨੂੰ ਲਿਆਂਦਾ ਜਾਵੇ ਸਾਡਾ ਜਿਹੜਾ ਵਾ ਪ੍ਰਦੂਸ਼ਣ ਦਾ ਐਕਟ ਸੀਗਾ ਉਹਨੂੰ ਵਾਪਸ ਕੀਤਾ ਜਾਵੇ ਸਾਡਾ 2020 ਬਿਜਲੀ ਐਕਟ ਜਿਹੜਾ ਸੀਗਾ ਉਹਨੂੰ ਰੱਦ ਕੀਤਾ ਜਾਵੇ ਕਿਉਂਕਿ ਉਹ ਧੜਾਧੜ ਮੀਟਰ ਜਿਹੜੇ ਆ ਲੋਕਾਂ ਦੇ ਲੱਗ ਰਹੇ ਨੇ ਅਤੇ ਪਰਚੇ ਦਰਜ ਹੋ ਰਹੇ ਨੇ ਦੂਸਰਾ ਸੀਗਾ ਵੀ ਸਾਡੇ ਸਮੁੱਚੇ ਕਰਜ਼ੇ ਜਿਹੜੇ ਨੇ ਉਹਨਾਂ ਦੇ ਲੀਕ ਮਾਰੀ ਜਾਵੇ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਜਿਹੜਾ ਉਹਨਾਂ ਨੂੰ ਕਰਜ਼ਾ ਮੁਕਤ ਕੀਤਾ ਜਾਵੇ ਇਸ ਕਰਕੇ ਉਹ ਦਿੱਲੀ ਨੂੰ ਕੂਚ ਕਰ ਰਹੇ ਸੀਗੇ ਅਤੇ ਪਰ ਖੱਟਰ ਸਰਕਾਰ ਨੇ ਉੱਥੇ ਇਹੋ ਜਿਹੀ ਸਥਿਤੀ ਬਣਾ ਕੇ ਸਾਡਾ ਸ਼ੁਭਕਰਨ ਮਾਰਿਆ ਫਿਰ ਇਹਨਾਂ ਨੇ ਹੋਰ ਨੌਜਵਾਨਾਂ ਦੇ ਸੱਟਾਂ ਲਾਈਆਂ ਉਹਨਾਂ ਨੂੰ ਛੱਲੀਆਂ ਵਾਂਗ ਕੁੱਟਿਆ ਗਿਆ ਸਾਡੇ ਟਰੈਕਟਰ ਭੰਨੇ ਗਏ ਸਾਡੀਆਂ ਕਾਰਾਂ ਭੰਨੀਆਂ ਗਈਆਂ ਅਤੇ ਉੱਥੇ ਕਈ ਨੇਕਾਂ ਨੌਜਵਾਨ ਅਤੇ ਬਜ਼ੁਰਗ ਨੇ ਜਿਹੜੇ ਉਹਨਾਂ ਨੂੰ ਬੋਰੀਆਂ 'ਚ ਪਾ ਕੇ ਜਿਹੜਾ ਵਾ ਚੁੱਕ ਕੇ ਖੜਿਆ ਗਿਆ ਵਾ ਸਿੱਧੀਆਂ ਗੋਲੀਆਂ ਮਾਰੀਆਂ ਜਾ ਰਹੀਆਂ ਵਾ ਨਾ ਕਿ ਕੱਲੀਆਂ ਪਾਣੀ ਦੀਆਂ ਪਛਾੜਾਂ ਮਾਰੀਆਂ ਜਾ ਰਹੀਆਂ ਹੁਣ ਸਰਕਾਰ ਵੱਲੋਂ 1 ਕਰੋੜ ਦਾ ਮੁਆਵਜ਼ਾ ਦਿੱਤਾ ਜਾ ਰਿਹਾ ਸ਼ੁਭਕਰਨ ਦੇ ਪਰਿਵਾਰ ਨੂੰ ਨਾਲ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ ਕਿਸ ਤਰ੍ਹਾਂ ਦੇਖਦੇ ਸਰਕਾਰ ਦੇ ਸੁਪਨੇ ਵੇਖੋ ਜੀ ਸਰਕਾਰ ਪਹਿਲਾਂ ਬੰਦੇ ਮਾਰ ਲਿਆ ਕਰੇ ਸਾਡੇ ਦੇ ਮੁੜ ਕੇ ਸਾਨੂੰ ਮੁਆਵਜ਼ਾ ਦੇ ਦਿਆ ਕਰੇ ਸ਼ੁਭਕਰਨ ਕਿੱਥੋਂ ਲਿਆਵਾਂਗੇ ਅਸੀਂ ਭਾਵੇਂ ਸਾਨੂੰ 20 ਕਰੋੜ ਰੁਪਈਆ ਮਿਲ ਜਾਵੇ ਹਾਂ ਅਰਬ ਰੁਪਈਆ ਮਿਲ ਜਾਵੇ ਉਹਨੂੰ ਕਿੱਥੋਂ ਲਿਆਵਾਂਗੇ ਜਿਹੜਾ ਇਕੱਲਾ ਘਰ ਦਾ ਚਿਰਾਗ ਸੀਗਾ ਉਹ ਬੁਝ ਗਿਆ ਉਹਦੀਆਂ ਭੈਣਾਂ 2 ਸੀਗੀਆਂ ਮਾਤਾ ਉਹਦੀ ਹੈ ਨਹੀਂ ਗੀ ਅਤੇ ਉਹਦੀ ਦਾਦੀ ਪਾਰ ਰਹੀ ਸੀ ਉਹਨੂੰ ਅਤੇ ਉਹ ਨਹੀਂ ਉਹਨੂੰ ਕਿੱਥੋਂ ਲੱਭ ਕੇ ਲਿਆਵਾਂਗੇ ਜਿਹੜੇ ਬਾਕੀ ਦੇ ਨੌਜਵਾਨ ਸਾਡੇ ਲਾਪਤਾ ਉਹਨੂੰ ਕਿੱਥੋਂ ਲੱਭਾਂਗੇ ਇਹਦਾ ਸਰਕਾਰਾਂ ਨੂੰ ਪਹਿਲਾਂ ਹੱਲ ਕਰਨਾ ਚਾਹੀਦਾ ਸੀਗਾ ਕੁਛ ਨਾ ਕੁਛ ਅੱਜ ਫਿਰ ਇੱਕ ਬਜ਼ੁਰਗ ਦੀ ਹਾਰਟ ਅਟੈਕ ਨਾਲ ਉੱਥੇ ਸ਼ਹੀਦੀ ਹੋ ਗਈ ਆ ਉਸਨੂੰ ਕਿਸ ਤਰ੍ਹਾਂ ਦੇਖਦੇ ਬਠਿੰਡਾ ਦੇ ਬਜ਼ੁਰਗ ਵੇਖੋ ਜੀ ਸਾਡਾ 750 ਕਿਸਾਨ ਉਦੋਂ ਵੀ ਸ਼ਹੀਦ ਕੀਤਾ ਸੀ ਇਹਨਾਂ ਨੇ 2020 ਦੇ ਵਿੱਚ ਅਤੇ ਹੁਣ ਲਗਾਤਾਰ ਜਿਹੜੇ ਆ ਫਿਰ ਉਦੋਂ ਦੀਆਂ ਸ਼ਹੀਦੀਆਂ ਹੋ ਰਹੀਆਂ ਨੇ ਆ 5ਵਾਂ ਕਿਸਾਨ ਅੱਜ ਜਿਹੜਾ ਸ਼ਹੀਦ ਹੋ ਚੁੱਕਾ ਵਾ ਅਜੇ ਪਤਾ ਨਹੀਂ ਕਿੰਨੇ ਜਿਹੜੀਆਂ ਸ਼ਹੀਦੀਆਂ ਗਾਂ ਵਾਸਤੇ ਵੀ ਹੋਣਗੀਆਂ ਕਿਉਂਕਿ ਜਿਹੜੇ ਕਿਸਾਨ ਸਾਡੇ ਉੱਥੇ ਗਏ ਡੱਡੇ ਉਹ ਡੱਡੇ ਰਹਿਣਗੇ ਉਹਨਾਂ ਪੈ ਵਾਪਸ ਤੇ ਆਉਣਾ ਨਹੀਂਗਾ ਪਰ ਉਹ ਜਿਹੜੀ ਅਤਿਆਚਾਰ ਕਰ ਰਹੇ ਨੇ ਉਹ ਬੇਹੱਦ ਜਿਹੜੀ ਆ ਨਿੰਦਣ ਯੋਗ ਆ ਜਿਹੜੀਆਂ ਬਾਲਾ ਪੁਲਿਸ ਵੱਲੋਂ ਕਿਸਾਨਾਂ ਦੇ ਪਹਿਲੇ ਐਨਐਸਏ ਲਗਾਇਆ ਜਾ ਰਿਹਾ ਸੀ ਉਸ ਫੈਸਲੇ ਨੂੰ ਵਾਪਸ ਲੈ ਲਿਆ ਕਿ ਲੱਗਦੇ ਨੇ ਕਿ ਲਗਾਤਾਰ ਪਿੱਛੇ ਉਧਰ ਤੇ ਵੇਖੋ ਜੀ ਤਸ਼ੱਦਦ ਤੇ ਹੋ ਹੀ ਰਿਹਾ ਵਾ ਤੁਹਾਨੂੰ ਦੱਸਿਆ ਮੈਂ ਕਿ ਅਸੀਂ ਸ਼ਾਂਤਮਈ ਤਰੀਕੇ ਦੇ ਨਾਲ ਜਾਣਾ ਚਾਹੁੰਦੇ ਹਾਂ ਅਸੀਂ ਲੜਨ ਵਾਸਤੇ ਨਹੀਂ ਜਾਂਦੇ ਅਸੀਂ ਤਾਂ ਡੰਡੇ ਵੀ ਜਿਹੜੇ ਝੰਡਿਆਂ ਦੇ ਵਿੱਚ ਆ ਬਿਲਕੁਲ ਮਾੜੇ ਪਾਉਂਦੇ ਹਾਂ ਸਾਨੂੰ ਕੋਈ ਲੜਨ ਦਾ ਉਹਨਾਂ ਦਾ ਸ਼ੌਂਕ ਨਹੀਂ ਅਸੀਂ ਤਾਂ ਜਗ੍ਹਾ ਮੰਗ ਰਹੇ ਸੀ ਉਹਨਾਂ ਕੋਲੋਂ ਕਿ ਸਾਨੂੰ ਦਿੱਲੀ ਦੇ ਵਿੱਚ ਜਾ ਕੇ ਬਹਿਸ ਦਿੱਤਾ ਜਾਵੇ ਸਾਡੇ MSP ਗਰੰਟੀ ਕਾਨੂੰਨ ਦੀ ਜਿਹੜੀ ਆ ਉਹਨੂੰ ਲਿਆਂਦਾ ਜਾਵੇ ਆਪਣੀਆਂ ਮੰਗਾਂ ਹੱਕੀ ਮੰਗਾਂ ਮੰਗਣ ਵਾਸਤੇ ਜਾ ਰਹੇ ਹਾਂ ਕਿਉਂਕਿ ਹਰ ਇੱਕ ਬੰਦੇ ਨੂੰ ਹੱਕ ਆ ਕਿ ਅਸੀਂ ਕਿਤੇ ਵੀ ਧਰਨਾ ਮੁਜ਼ਾਹਰਾ ਕਰਕੇ ਅਤੇ ਆਪਣੀਆਂ ਜਿਹੜੀਆਂ ਮੰਗਾਂ ਵਾ ਉਹ ਲੈ ਸਕੀਏ ਦੇਖੋ ਜੀ ਜਿਹੜਾ ਮਾਹੌਲ ਆ ਮਾਹੌਲ ਖੱਟਰ ਸਰਕਾਰ ਨੇ ਦੋ ਦੇਸ਼ਾਂ ਦਾ ਬਣਾਇਆ ਪਿਆ ਕਿ ਜਿਹੜੀ 13 ਤਰੀਕ ਨੂੰ ਅਤੇ 14 ਨੂੰ ਇੰਨੀ ਜ਼ਿਆਦਾ ਬੰਬਬਾਰੀ ਗੋਲੀਆਂ ਨੇਕਾਂ ਹੀ ਜਿਹੜੇ ਕਿਸਾਨ ਫੱਟੜ ਹੋ ਗਏ ਆ ਅਤੇ ਦੂਸਰੇ ਪਾਸੇ ਜਦੋਂ ਵੇਖਿਆ ਗਿਆ ਵਾ
ਆ 21 ਤਰੀਕ ਨੂੰ ਖੀਰ ਕਰ ਦਿੱਤੀ ਆ। ਇੱਕ ਪਾਸੇ ਪਾਕਿਸਤਾਨ ਦਾ ਤੇ ਪੰਜਾਬ ਦਾ ਮਨਾ ਉਹਨੇ ਐਂ ਬਣਾਇਆ ਜਿਵੇਂ ਪਾਕਿਸਤਾਨ ਦੇਸ਼ ਹੁੰਦਾ ਸੀ। ਸਾਨੂੰ ਕੀ ਹੈ, ਸਾਡਾ ਦਿੱਲੀ ਨਾਲ ਕੋਈ ਲਿੰਕ ਨਹੀਂ। ਸਾਡਾ ਦਿੱਲੀ ਦੇ ਨਾਲ ਅਸੀਂ ਟੈਕਸ ਦਿੰਦੇ ਹਾਂ, ਭਾਰਤ ਸਰਕਾਰ ਨੂੰ ਸਭ ਕੁਝ ਕਰਦੇ ਹਾਂ। ਉਹਨੇ ਕੰਧਾਂ ਮਾਰ ਕੇ ਉੱਤੇ ਕੰਡਿਆਲੀ ਤਾਰ ਲਾ ਦਿੱਤੀ ਆ ਅਤੇ ਸਾਨੂੰ ਗਾੜਲੇ ਪਾਸੇ ਇਹ ਤੁਹਾਨੂੰ ਇਹਦੇ ਵਿੱਚ ਦਿੱਲੀ ਵਿੱਚ ਕਿਸਾਨਾਂ ਨੂੰ ਵੜਨ ਨਹੀਂ ਦਿੱਤਾ ਜਾਂਦਾ। ਉਹਨੇ ਦੋਵੇਂ ਹਿੱਸੇ ਬਣਾਏ ਆ। ਅਸੀਂ ਸਰਕਾਰ ਦੀ ਨਿਖੇਧੀ ਕਰਦੇ ਇਹ ਗੱਲ ਦੀ ਵੀ ਜਿਹੜੀਆਂ ਤੂੰ ਕੰਧਾਂ ਮਾਰੀਆਂ ਕੀ ਪੱਕੀਆਂ ਰਹਿਣ ਦੇਗਾ, ਕੀ ਪੰਜਾਬ ਦੇ ਨਾਲ ਵਪਾਰ ਬੰਦ ਆ, ਕੀ ਅਸੀਂ ਤੁਹਾਡਾ ਹਿੱਸਾ ਨਹੀਂ। ਸਰਕਾਰ ਦੀ ਜਿਹੜੀਆਂ ਇਹ ਹਰਕਤਾਂ ਬਹੁਤ ਮਾੜੀਆਂ BJP ਦੀਆਂ। ਇਹਨਾਂ ਨੇ ਇਲੈਕਸ਼ਨ ਦਾ ਹੁਣ ਜਿਹੜਾ ਸਮਾਂ ਆ ਗਿਆ ਨਾ ਪਿੰਡਾਂ 'ਚ ਆਉਣਾ, ਅਸੀਂ ਇਹਨਾਂ ਦਾ ਵਿਰੋਧ ਕਰਾਂਗੇ। ਅੱਜ ਵਾਲਾ ਪੁਤਲਾ ਜਿਹੜੇ ਸਾਡੇ ਕਿਸਾਨ ਸ਼ਹੀਦ ਹੋ ਗਏ, ਨੌਜਵਾਨ ਸ਼ਹੀਦ ਹੋਇਆ ਵਾ, ਅਤੇ ਕਿੱਡੀ ਗੱਲ ਮਾੜੀ ਆ। ਜਿਹਦਾ ਬੇਟਾ ਚਲੇ ਗਿਆ, ਜਿਹਦਾ ਭਰਾ ਚਲੇ ਗਿਆ, ਉਹ ਭੈਣਾਂ ਕੀ ਕਰਨਗੀਆਂ? ਕੀ ਸਰਕਾਰ ਨੂੰ ਇਹਨੂੰ ਹੁਕਮ ਕਿਹਨੇ ਦਿੱਤਾ ਗੋਲੀ ਚਲਾਉਣ ਦਾ? ਇਹਨੂੰ ਹੁਕਮ ਕਿਹਨੇ ਦਿੱਤਾ ਕਿਸਾਨਾਂ ਦੇ ਗੋਲੀ ਚਲਾਉਣ ਦਾ? ਅਸੀਂ ਇਹਨਾਂ ਦੀ ਨਿਖੇਧੀ ਕਰਦੇ ਹਾਂ। ਇੱਕ ਹੋਰ ਮਸਲਾ ਕਿ ਅੱਜ ਜਿਹੜਾ ਇੱਕ ਟਵੀਟ ਅੰਬਾਲਾ ਪੁਲਿਸ ਵੱਲੋਂ ਕੀਤਾ ਗਿਆ ਕਿ ਜਿਹੜੇ ਕਿਸਾਨ ਵਿਰੋਧ ਕਰ ਰਹੇ ਨੇ ਉਹਨਾਂ 'ਤੇ NSA ਜਿਹੜਾ ਕਿ ਲਾਉਣ ਜਾ ਰਹੀ ਹੈ ਇਸ ਗੱਲ, ਇਸ ਦੇ ਬਾਰੇ ਕੀ ਕਹਿਣਾ? ਵੇਖੋ ਜੀ, ਇਹਨਾਂ ਨਵੇਂ ਨਵੇਂ ਫਾਂਸੀ ਦੇ ਫੰਦੇ ਬਣਾਏ ਆ, ਜਿਹੜੇ ਇਹ ਲਾਉਣਾ ਵਾ ਅਤੇ ਲਾ ਦੇਣ। ਸਾਨੂੰ ਕੀ, ਜੇ ਕਿਸਾਨ ਨੂੰ ਗੋਲੀਆਂ ਵੱਜ ਗਈਆਂ ਤਾਂ ਇਹ ਧਾਰਾ ਲਾਉਣ ਨਾਲ ਕੀ ਹੋਜੂ ਸਾਨੂੰ? ਪਰ ਸਰਕਾਰ ਦੀ ਜਿਹੜੀ ਆ ਬਹੁਤ ਨੀਤੀ ਮਾੜੀ ਆ ਭਾਜਪਾ ਸਰਕਾਰ ਦੀ। ਅਸੀਂ ਇਹ ਕਿਸਾਨਾਂ ਨੂੰ ਅਪੀਲ ਕਰਦੇ, ਉੱਥੇ ਵੱਧ ਚੜ੍ਹ ਕੇ ਪਹੁੰਚੋ, ਇਹਨਾਂ ਦਾ ਟਾਕਰਾ ਕਹੋ, ਇਹਨਾਂ ਨੂੰ ਪੂਰਾ ਜਿਹੜਾ ਵਾ ਗੱਲ ਦੇ ਪਾਸੇ ਸਮਾਂ ਆਉਣ 'ਤੇ ਮੂੰਹ ਵੇਖਣਾ ਪਵੇ। ਅਪੀਲ ਇਹੋ ਕਰਨੀ ਚਾਹੁੰਦੇ ਹਾਂ ਜੀ ਕਿ ਆਪਾਂ ਨੂੰ ਆਪਣੇ ਹੱਕਾਂ ਵਾਸਤੇ ਇਲਾਮ ਬੰਦ ਕਰਨਾ ਚਾਹੀਦਾ, ਕਿਉਂਕਿ ਉਹ ਆਪਣੇ ਹੱਕ ਵਾ। ਅਸੀਂ ਕੋਈ ਤਾਲਿਬਾਨ ਦੇ ਵਿੱਚ ਨਹੀਂ ਰਹਿ ਰਹੇ, ਅਸੀਂ ਕੋਈ ਪਾਕਿਸਤਾਨ ਦੇ ਵਿੱਚ ਨਹੀਂ ਰਹੇ, ਅਸੀਂ ਆਪਣੇ ਦੇਸ਼ ਦੇ ਵਿੱਚ ਜੋ ਸਾਡਾ ਸੰਵਿਧਾਨ ਦੇ ਮੁਤਾਬਕ ਦੱਸੇ ਹੋਏ ਸੰਵਿਧਾਨ ਦੇ ਮੁਤਾਬਕ ਅਸੀਂ ਜਿਹੜਾ ਸਾਡਾ ਸ਼ਾਂਤਮਈ ਪ੍ਰੋਟੈਸਟ ਆ ਉਹ ਕਰ ਸਕਦੇ ਹਾਂ, ਅਤੇ ਸਾਡੇ 'ਤੇ ਸਰਕਾਰ ਤਸ਼ੱਦਦ ਕਰੀਏ ਜੋ ਕਿ ਬਹੁਤ ਹੀ ਮਿਲਣਗੇ। ਇੱਕ ਖਬਰ ਨਿਕਲ ਕੇ ਆਉਂਦੀ ਹੈ ਕਿ ਕਿਸਾਨਾਂ ਦੇ ਉੱਤੇ NSA ਲਾ ਦਿੱਤਾ ਜਾਵੇਗਾ। ਕੱਲ੍ਹ ਸੰਯੁਕਤ ਕਿਸਾਨ ਮੋਰਚੇ ਦੀ ਇੱਕ ਮੀਟਿੰਗ ਹੋਈ ਸੀ ਜਿਸ ਵਿੱਚ ਉਹਨਾਂ ਸਪਸ਼ਟ ਕੀਤਾ ਸੀ ਕਿ ਜਿਹੜੇ ਕਿਸਾਨ ਜਿਹੜੇ ਉੱਥੇ ਆਗੂ ਨੇ ਅੰਦੋਲਨ ਕਰ ਰਹੇ ਨੇ, ਅਸੀਂ ਉਹਨਾਂ ਦੇ ਵਿੱਚ ਨਹੀਂ ਜਾਵਾਂਗੇ, ਬਾਹਰ ਜਿਹੜਾ ਰੋਸ ਕੀਤਾ ਜਾਊਗਾ। ਇਸ ਦੇ ਬਾਰੇ ਤੁਸੀਂ ਕਹਿਣਾ ਚਾਹੀਦਾ ਕਿ ਜਿਹੜੀ ਕਿਸਾਨ ਜਥੇਬੰਦੀਆਂ ਨੇ ਇਕੱਠਾ ਨਹੀਂ ਹੋਣਾ ਚਾਹੀਦਾ? ਬਿਲਕੁਲ ਜੀ, ਅੱਜ ਜਿਹੜਾ ਪੁਤਲਾ ਫੂਕਿਆ ਗਿਆ ਵਾ ਇਹ ਸੰਯੁਕਤ ਮੋਰਚਾ ਅਤੇ ਗੈਰ ਰਾਜਨੀਤਿਕ ਜਿਹੜਾ ਸੰਯੁਕਤ ਮੋਰਚਾ ਅਤੇ ਜਿਹੜੀਆਂ ਮਜ਼ਦੂਰ ਕਿਸਾਨ ਜਥੇਬੰਦੀਆਂ ਉਹਨਾਂ ਵੱਲੋਂ ਸਾਂਝਾ ਜਿਹੜਾ ਪ੍ਰੋਗਰਾਮ ਲੈ ਕੇ ਜਿਹੜਾ ਵਾ ਅੱਜ ਦਾ ਜਿਹੜਾ ਪੁਤਲਾ ਫੂਕਿਆ ਗਿਆ ਵਾ। ਜਿਹੜਾ ਇਹ ਮੋਦੀ ਸਰਕਾਰ ਨੇ ਜਿਹੜਾ ਤਸ਼ੱਦਦ ਢਾਇਆ 13 ਤਰੀਕ ਤੋਂ ਲੈ ਕੇ 21 ਤਰੀਕ ਤੱਕ ਜਿਹੜਾ ਵਾ ਕਿਸਾਨਾਂ ਅਤੇ ਮਜ਼ਦੂਰਾਂ 'ਤੇ ਜਿਹੜਾ ਤਸ਼ੱਦਦ ਢਾਇਆ, ਗੋਲੀਆਂ ਸਿੱਧੀਆਂ ਚਲਾਈਆਂ ਅਤੇ ਆਪਣੇ ਕਿਸਾਨਾਂ ਵੀਰਾਂ ਨੂੰ ਸ਼ਹੀਦ ਕੀਤਾ। ਜਿਹੜਾ ਮੇਰਾ ਵੀਰ ਸ਼ੁਭਕਰਨ ਸਿੰਘ ਇਸ ਦੁਨੀਆ ਤੋਂ ਚਲੇ ਗਿਆ, ਉਹਨੂੰ ਜਿਹੜਾ ਭਾਵੇਂ ਸਾਡੇ 'ਤੇ NSA ਵੀ ਲਾ ਦੇ, ਠੀਕ ਆ, ਸਾਨੂੰ ਕੋਈ ਪਰਵਾਹ ਨਹੀਂ ਗੀ। ਜਿਹੜਾ ਇਸ ਦੁਨੀਆ ਤੋਂ ਚਲੇ ਗਿਆ ਉਹਦਾ ਸਹਾਰਾ ਕੌਣ ਆ? ਦੋ ਭੈਣਾਂ ਉਹਦੀਆਂ ਵਿਚਾਰੇ ਦੀਆਂ, ਮਾਂ ਵੀ ਸਿਰ 'ਤੇ ਨਹੀਂ ਗਿਆ, ਦਾਦੀ ਨੇ ਉਹਨੂੰ ਪਾਲਣ ਪੋਸ਼ਣ ਕੀਤਾ ਵਾ। ਇਹੋ ਜਿਹੜੇ 3 ਕਿੱਲੇ ਉਹਦੀ ਪੈਲੀ ਸੀ ਦੇ ਵਿੱਚੋਂ 1.5 ਕਿੱਲਾ ਜਿਹੜਾ ਉਹਨੇ ਪੈਲੀ ਵੇਚ ਕੇ ਆਪਣੀ ਭੈਣ ਦਾ ਵਿਆਹ ਕੀਤਾ, ਹੁਣ 2 ਕਿੱਲੇ ਜਿਹੜੀ ਪੈਲੀ 2.5 ਕਿੱਲੇ ਉਹਦੀ ਰਹਿ ਗਈ ਆ। ਇਹੋ ਜਿਹੜੇ ਗਰੀਬ ਕਿਸਾਨ ਉਹ ਹਾ ਦਾ ਨਾਰਾ ਮਾਰਨ ਵਾਸਤੇ ਉੱਥੇ ਬੈਠੇ ਆ, ਅਤੇ ਜਿਹੜੇ ਆਪਣੇ ਅਸੀਂ ਭਰਾਵਾਂ ਨੂੰ ਅਪੀਲ ਵੀ ਕਰਨਾ ਚਾਹੁੰਦੇ ਕਿ ਜਿਹੜੇ ਭਰਾ ਸਾਡੇ ਇੱਥੇ 100-200 ਕਿੱਲੇ ਵਾਲੇ ਬੈਠੇ ਆ, ਆਪਾਂ ਉਹਨਾਂ ਕਿਸਾਨਾਂ ਦਾ ਸਾਥ ਦੇਈਏ। ਜਿਹੜੇ 1 ਕਿੱਲੇ ਵਾਲੇ ਜਾ ਕੇ ਗਰੀਬ ਕਿਸਾਨ ਉੱਥੇ ਕਿਸਾਨਾਂ ਦਾ ਸਾਥ ਦੇ ਰਹੇ ਆ ਅਤੇ ਵੱਧ ਚੜ੍ਹ ਕੇ ਆਪਣਾ ਹਿੱਸਾ ਪਾ ਰਹੇ ਆ। ਜਿਹੜੀ ਮੋਦੀ ਅਤੇ ਖੱਟਰ ਸਰਕਾਰ ਆ ਲਗਾਤਾਰ ਕਿਸਾਨਾਂ ਅਤੇ ਮਜ਼ਦੂਰਾਂ 'ਤੇ ਤਸ਼ੱਦਦ ਢਾ ਰਹੀ ਆ। ਉੱਧਰ ਵੀ ਜਿਹੜਾ 21 ਤਰੀਕ ਦੀ ਕਾਲ ਦਿੱਤੀ ਸੀ ਆਪਣੀ ਜਥੇਬੰਦੀਆਂ ਨੇ ਵੀ ਸ਼ਾਂਤਮਈ ਤਰੀਕੇ ਨਾਲ ਇਹ ਬਾਰਡਰ ਨੂੰ ਕਰੋਸ ਕਰਾਂਗੇ, ਅਜੇ ਬਾਰਡਰ ਨੂੰ ਤਾਂ ਕਰੋਸ ਕੀ ਕਰਨਾ, ਬਾਰਡਰ ਦੇ ਲਾਗੇ ਵੀ ਨਹੀਂ ਗਏ ਤਾਂ ਪਹਿਲਾਂ ਇਹਨਾਂ ਗੋਲਾਬਾਰੀ ਸ਼ੁਰੂ ਕਰਤੀ ਆ ਅਤੇ ਕਿਸਾਨਾਂ ਵੀਰਾਂ ਦੇ ਟਰੈਕਟਰ ਭੰਨੇ ਆ, ਗੱਡੀਆਂ ਭੰਨੀਆਂ, ਬਿਲਕੁਲ ਬਹੁਤ ਮਾੜਾ ਵਰਤੀਰਾ ਇਹਨਾਂ ਨੇ ਕੀਤਾ ਕਿਸਾਨਾਂ ਨਾਲ। ਰਣਨੀਤੀ ਤਾਂ ਅਸੀਂ ਤਾਂ ਸਾਡਾ ਸੋਚ ਇਹੀ ਆ ਵੀ ਜੋ ਵੀ ਸਾਡੇ ਲੀਡਰ ਸਾਹਿਬ ਬਣ ਕੇ ਕਹਿਣਗੇ ਉਹਨਾਂ ਦੇ ਚੱਲਣ ਮੁਤਾਬਕ ਚੱਲੀਏ। ਜਿੱਦਾਂ ਹੁਣ ਨੌਜਵਾਨ ਸਾਡੇ ਜਾਂਦੇ ਆ ਹੋਸ਼ ਗਵਾ ਪੈਂਦੇ ਉੱਥੇ ਜਾ ਕੇ ਨੁਕਸਾਨ ਕਰਾਉਂਦੇ ਆ,
ਅਤੇ ਜਿੰਨੇ ਵੀ ਵੀਰ ਨੇ ਉੱਥੇ ਜਾਣਾ, ਪਹਿਲੀ ਤਾਂ ਬੇਨਤੀ ਹੈ ਵੀ ਜਿੰਨੇ ਜਾਣਾ ਉਹ ਜਥੇਬੰਦੀਆਂ ਨਾਲ ਕਨੈਕਟ ਕਰਕੇ ਜਾਵੇ। ਜੋ ਵੀ ਉੱਥੇ ਆਪਣੇ ਲੀਡਰ ਸਾਹਿਬਾਨ ਆ, ਜਿੰਨੀਆਂ ਵੀ ਜਥੇਬੰਦੀਆਂ ਦੇ ਜੋ ਮੀਟਿੰਗ ਚੱਲਦੀ ਆ, ਆਪਾਂ ਨੂੰ ਜੋ ਵੀ ਉਹ ਕਹਿੰਦੇ ਗਾੜੀ ਤੁਰਨ ਬਾਰੇ, ਜਿੱਦਾਂ ਵੀ ਜਾਣ ਬਾਰੇ ਕਹਿੰਦੇ, ਉਹਨਾਂ ਦੇ ਕਹਿਣ 'ਤੇ ਚੱਲਣ, ਉਹਨਾਂ ਦੇ ਜੋ ਵੀ ਕਿਹਾ ਉਹ 'ਤੇ ਪੂਰਨੇ ਪਾਉਣ, ਆਪ ਜਾ ਕੇ ਹੋਸ਼ ਹਵਾਸ ਦੇ ਵਿੱਚ ਜਾ ਕੇ ਕੋਈ ਗਲਤ ਕੰਮ ਨਾ ਵੇਖਿਆ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜੀ ਮੈਂ ਧੰਨਵਾਦ ਕਰਦਾ ਜਿਹੜਾ ਆਪਣੇ ਮੀਡੀਆ ਭਾਈਚਾਰੇ ਦਾ ਜੀ। ਬਾਈ ਜੀ ਮਾਹੌਲ ਉੱਥੇ ਸਭ ਤੋਂ ਅੱਗੇ ਹੋ ਕੇ ਬਾਈ ਜੀ, ਅਸੀਂ ਜਦੋਂ ਉੱਥੇ ਪਹੁੰਚੇ ਦੇਖਿਆ ਆਪਣਾ ਪੱਤਰਕਾਰ ਭਾਈਚਾਰਾ ਅਤੇ ਨੌਜਵਾਨ ਵੀਰ ਆਪਣੇ ਹੱਕਾਂ ਦੀ ਖਾਤਰ ਗਏ ਸੀ ਜੀ, ਅਤੇ ਬਿਲਕੁਲ ਸ਼ਾਂਤਮਈ ਢੰਗ ਦੇ ਨਾਲ ਬੈਠੇ ਸੀ। ਅਤੇ ਜਿਹੜੇ ਇੱਧਰ ਦੀ ਲੋਕ ਸੀ, ਜਿਹੜੇ ਉੱਧਰ ਦੇ ਕੁਝ ਸਿਵਲ ਕੱਪੜਿਆਂ 'ਚ ਵੀ ਸੀ, ਕੁਝ ਵਰਦੀਆਂ ਵਾਲੇ ਸੀ ਜੀ, ਉਹਨਾਂ ਨੇ ਆਣ ਕੇ ਬਾਈ ਜੀ ਸਾਡੇ ਕਿਸਾਨਾਂ 'ਤੇ ਧੂੰਏ ਵਾਲੇ ਪਹਿਲੋਂ ਬੰਬ ਸੁੱਟੇ। ਬੰਬ ਸੁੱਟਣ ਤੋਂ ਬਾਅਦ ਮੁੜ ਕੇ ਉਹਨਾਂ ਨੇ ਅਥਰੂ ਗੈਸ ਦੇ ਗੋਲੇ, ਬੜਾ ਕੁਛ ਕੀਤਾ, ਪੱਕੀਆਂ ਗੋਲੀਆਂ 12 ਬੋਰ ਦੀਆਂ ਅਤੇ ਹੋਰ ਵੀ ਜਿਹੜੀਆਂ ਰਫਲਾਂ ਕੀ ਕਹਿੰਦੇ ਹੁੰਦੇ ਆ 47 ਵੀ ਵਰਤੀਆਂ, ਕਹਿੰਦੇ ਨਾ 44 ਧਾਰਾ ਲਾਗੂ, ਇਕੱਲੀ 44 ਨਹੀਂ ਉੱਥੇ 47 ਤੱਕ ਵੀ ਵਰਤੀਆਂ ਗਈਆਂ ਜੀ। ਸਾਡਾ ਵੀਰ ਜਸਕਰਨ ਬਾਈ ਜੀ ਮੇਰੇ ਤੋਂ ਥੋੜ੍ਹੀ ਦੂਰੀ 'ਤੇ ਸੀਗਾ, ਜਦੋਂ ਉਹਨੂੰ ਮੈਂ ਬਾਈ ਜੀ ਚੱਕਣ ਲਈ ਅੱਗੇ ਵਧਿਆ ਅਤੇ ਉਹਨਾਂ ਨੇ ਉਦੋਂ ਧੂੰਏ ਵਾਲੇ ਬਾਈ ਜੀ ਬੰਬ ਸੁੱਟਣੇ ਸ਼ੁਰੂ ਕਰ ਦਿੱਤੇ। ਅਤੇ ਫਿਰ ਬਾਈ ਜੀ ਉਹ ਇੰਨਾ ਭੈੜਾ ਗੈਸ ਆ ਨਾਲੇ ਤਾਂ ਗਲੇ ਨੂੰ ਅੱਖਾਂ 'ਚੋਂ, ਅਤੇ ਪੂਰਾ ਸਾੜ ਪਾਉਂਦਾ ਬੰਦੇ ਨੂੰ, ਦੀਦਾ ਕੱਖ ਨਹੀਂ। ਜਿੰਨੇ ਚਿਰ ਨੂੰ ਮਾੜੀ ਜਿਹੀ ਸੁਰਤ ਆਉਣ ਲੱਗਦੀ ਸੀ, ਉਨੇ ਚਿਰ ਨੂੰ ਥੋੜ੍ਹਾ ਜਿਹਾ ਅੱਗੇ ਹੋਰ ਸੁੱਟ ਦਿੰਦੇ ਸੀ ਜੀ। ਬਹੁਤ ਬੁਰੇ ਹਾਲਾਤ ਆ ਜੀ, ਅਤੇ ਪੱਤਰਕਾਰ ਭਾਈਚਾਰਾ ਜਿੰਨਾ ਵੀ ਸੋਸ਼ਲ ਮੀਡੀਆ ਉੱਤੇ ਜਾਂ ਪੱਤਰਕਾਰ ਵੀਰ ਪਹੁੰਚੇ ਜੀ, ਉਹ ਵੀ ਅੱਗੇ ਹੋ ਕੇ ਵੀਰਾਂ ਨੇ ਬਹੁਤ ਤਕੜਾ ਯੋਗਦਾਨ ਪਾਇਆ ਜੀ। ਤਾਜ਼ਾ ਸੀ ਕਿ ਜਿਹੜੇ ਕਿਸਾਨਾਂ ਦੇ ਉੱਪਰ ਜਿਹੜੇ ਜਿਨ੍ਹਾਂ ਨੇ ਇਹ ਅੱਗੇ ਵੱਧ ਕੇ ਹਮਲਾ ਕੀਤਾ, ਉਹਨਾਂ ਦੇ ਮਾਮਲਾ ਦਰਜ ਕੀਤਾ ਜਾਊਗਾ, ਪਰ ਅਜੇ ਤੱਕ ਸਰਕਾਰ ਵੱਲੋਂ ਕੁਛ ਵੀ ਨਹੀਂ ਕਿਹਾ ਕੀਤਾ ਗਿਆ। ਤੁਸੀਂ ਸਰਕਾਰ ਦੇ ਨੁਮਾਇੰਦੇ ਜੇ ਕੀ ਕਹਿਣਾ ਚਾਹੋਗੇ? ਦੇਖੋ, ਸਰਕਾਰ ਆਪਦਾ ਸਟੈਂਡ ਸਪੱਸ਼ਟ ਕੀਤਾ ਵੀ ਅਸੀਂ ਕਿਸਾਨਾਂ ਦੇ ਨਾਲ ਆ, ਕਿਸਾਨਾਂ ਦੀ ਹਮਾਇਤ 'ਚ ਆ, ਬਿਲਕੁਲ ਜੋ ਕਾਰਵਾਈ ਬਣਦੀ ਸਰਕਾਰ ਕਰੂਗੀ। ਕਦੋਂ ਗੱਲ ਚੱਲ ਰਹੀ ਆ, ਕੱਲ੍ਹ ਵੀ ਤੁਸੀਂ ਬਿਆਨ ਸੁਣਿਆ ਵਾ, ਸਭ ਕੁਛ ਕਰ ਰਹੀ ਆ ਸਰਕਾਰ ਕਰੂਗੀ। ਮੈਂ ਇਹ ਵੀ ਅਪੀਲ ਕਰਦਾ ਕਿ ਆਪਾਂ ਭਾਰਤ ਦੇ ਵਾਸੀ ਹਾਂ, ਸਾਡਾ ਹੱਕ ਬਣਦਾ ਉੱਥੇ ਜਾਣ ਦਾ, ਸਾਨੂੰ ਕੋਈ ਰੋਕ ਨਹੀਂ ਸਕਦਾ। ਇਹ ਬਹੁਤ ਗੁੰਡਾਗਰਦੀ ਆ, ਨੰਗਾ ਨਾਚ ਆ, ਧੱਕਾ ਵਾ। ਜਿੰਨੇ ਉੱਥੇ ਬੈਰੀਅਰ ਲਾਏ ਉਦੋਂ ਜੇ ਬਾਰਡਰ 'ਤੇ ਤਾਂ ਕੁਛ ਵੀ ਨਹੀਂ ਗਾ, ਜਿੱਥੇ ਪਾਕਿਸਤਾਨ ਤੋਂ ਉੱਥੇ ਤਾਂ ਕਿਤੇ ਕਿਤੇ ਬੜੀ ਦੂਰ ਦੂਰ ਤੱਕ ਕਿਤੇ ਹੀਰੋਇਨ ਵੀ ਲੰਘੀ ਜਾਂਦੀ, ਸਾਰਾ ਕੁਛ ਲੰਘੀ ਜਾਂਦਾ। ਇੱਥੇ ਇਹਨਾਂ ਦਾ ਕੋਈ ਕੰਟਰੋਲ ਨਹੀਂ ਗਾ, ਉੱਥੇ ਸਾਨੂੰ ਜਾਣ ਨੂੰ ਡੱਕਦੇ ਆ। ਅਸੀਂ ਸਰਕਾਰ ਦੀ ਨਿਖੇਧੀ ਕਰਦੇ ਹਾਂ, ਨਾਲ ਉਹਨਾਂ ਦੇ ਜਿਹੜੇ ਭਾਜਪਾ ਦੇ ਆਗੂ ਆ, ਉਹਨਾਂ ਨੂੰ ਇਹ ਬੇਨਤੀ ਕਰਦੇ ਹਾਂ ਵੀ ਵੱਧ ਤੋਂ ਵੱਧ ਇਹਨਾਂ ਦਾ ਸਾਥ ਛੱਡ ਕੇ ਜਾਂ ਇਹਨਾਂ ਨੂੰ ਇਹ ਦਬਾਅ ਪਾਓ ਵੀ ਕਿਸਾਨਾਂ ਦੀਆਂ ਮੰਗਾਂ ਮੰਨੀਆਂ ਜਾਣ। ਅਜੇ ਤੱਕ ਵੇਖਿਆ ਜਾਵੇ ਕਿ ਜਿਹੜੇ 92 MLA ਨੇ ਬਣੇ ਹੋਏ, ਉਹਨਾਂ ਦਾ ਇੱਕ ਵੀ ਕਿਸੇ ਕੈਬਨਿਟ ਦੇ 92 ਨਹੀਂ 117 ਨੂੰ ਚਾਹੀਦਾ ਜੀ, ਸਾਰੇ ਚੁਣੇ ਆਪਾਂ। ਇੱਕ ਵੀ ਆਪਣੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਅਜੇ ਤੱਕ ਇਹ ਵੀ ਨਹੀਂ ਸਾਹਮਣੇ ਆਏ ਇਹਨਾਂ ਨੂੰ। ਦੇਖੋ ਜੀ, ਇਹ ਸਾਨੂੰ ਇਹਦੇ ਬਾਰੇ ਅਜੇ ਜਾਣਕਾਰੀ ਨਹੀਂ, ਅਸੀਂ ਗੱਲ ਜ਼ਰੂਰ ਕਰਾਂਗੇ ਇਹ ਮੁੱਦੇ ਦੀ ਵੀ ਆਪਾਂ ਨੂੰ ਗਾੜੀ ਆਉਣਾ ਜੀ। ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਪੂਰੇ ਭਾਰਤ ਦੇ ਅੰਦਰ ਕਾਲਾ ਦਿਵਸ ਮਨਾਇਆ ਗਿਆ ਅਤੇ ਅਸੀਂ ਮਾਨਸਾ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਲ ਜਥੇਬੰਦੀਆਂ ਵੱਲੋਂ ਇਹ ਅੱਜ ਦਾ ਇਹ ਦੋਨੇ ਖੱਟੜ ਅਤੇ ਮੋਦੀ ਸਰਕਾਰ ਦੀ ਅਰਥੀ ਫੂਕ ਕੇ ਕਾਲਾ ਦਿਨ ਮਨਾ ਰਹੇ ਹਾਂ। ਔਰ ਮੈਂ ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਜਿੱਥੇ ਉਹ ਸਾਡੇ ਸ਼ਹੀਦ ਸੁਭਕਰਨ ਸਿੰਘ ਦੀ ਸ਼ਹਾਦਤ ਹੋਈ ਹੈ ਔਰ ਉਸ ਨੂੰ ਮੁੱਖ ਰੱਖਦੇ ਹੋਏ ਮੋਦੀ ਸਰਕਾਰ 'ਤੇ ਅਸੀਂ ਇਹ ਦੋਸ਼ ਲਾਉਣਾ ਚਾਹੁੰਦੇ ਹਾਂ ਕਿ ਮੋਦੀ ਸਰਕਾਰ ਕੇਵਲ ਅਤੇ ਕੇਵਲ ਕਾਰਪੋਰੇਟ ਪੱਖੀ ਅਤੇ ਲੋਕ ਵਿਰੋਧੀ ਜਿਹੜੀਆਂ ਨੀਤੀਆਂ ਬਣਾ ਰਿਹਾ, ਜਿਹਦੇ ਕਰਕੇ ਜਿਸ ਤਰ੍ਹਾਂ ਦੀ
ਇਹ ਤਾਨਾਸ਼ਾਹੀ ਤੇ ਲੋਕਤੰਤਰ ਟੀ ਵੱਲੋਂ ਬਣਾਈ ਗਈ ਹੈ ਔਰ ਜਿਸ ਤਰ੍ਹਾਂ ਦਾ ਤਸ਼ੱਦਦ ਤੇ ਅੰਨੇਵਾਹ ਜਿਹੜਾ ਇਹ ਗੋਲੀਬਾਰੀ ਹੋਈ ਹੈ ਉਸ ਦੀ ਅਸੀਂ ਨਿੰਦਿਆ ਕਰਦੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਵੀ ਸਰਕਾਰ ਦੇ ਖਿਲਾਫ ਔਰ ਲੋਕਾਂ ਨੂੰ ਜਾਗਰਿਤ ਕਰਨ ਦੇ ਲਈ ਮੈਂ ਪੰਜਾਬ ਖੇਤ ਮਜ਼ਦੂਰ ਸਭਾ ਵੱਲੋਂ ਇਹ ਅਪੀਲ ਕਰਨੀ ਚਾਹੁੰਦਾ ਕਿ ਦਲਿਤ ਮਜ਼ਦੂਰ ਕਿਸਾਨ ਔਰ ਸਾਰੇ ਵਰਗ ਜਣੀ ਇਹ ਭਾਜਪਾ ਦੀਆਂ ਨੀਤੀਆਂ ਜਿਹੜੀਆਂ ਲੋਕ ਵਿਰੋਧੀ ਹੈ ਉਹਨਾਂ ਦੇ ਖਿਲਾਫ ਡਟ ਕੇ ਜਿਹੜਾ ਅਹਿਦ ਕਰਦੇ ਹੋਏ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰਕੇ ਔਰ ਜਿਹੜੀ ਕਿਸਾਨਾਂ ਮਜ਼ਦੂਰਾਂ ਅਤੇ ਆਮ ਲੋਕਾਂ ਦੇ ਹੱਕ ਖਾਣ ਵਾਲੀ ਇਹ ਧਿਰ ਹੈ ਇਹਨੂੰ ਹਮੇਸ਼ਾ ਵਾਸਤੇ ਲਾਂਭੇ ਕਰਨ ਦੀ ਮੰਗ ਕਰਦੇ ਹਾਂ। ਅੱਜ ਅਰਥੀਆਂ ਤਾਂ ਫੂਕੀਆਂ ਗਈਆਂ ਨੇ ਜੋ ਸੰਯੁਕਤ ਕਿਸਾਨ ਮੋਰਚੇ ਦਾ ਸੱਦਾ ਸੀ ਸਾਰੇ ਭਾਰਤ ਦੇ ਵਿੱਚ ਜੋ ਤਾਨਾਸ਼ਾਹੀ ਸਰਕਾਰਾਂ ਹਰਿਆਣੇ ਦੀ ਬੀਜੇਪੀ ਅਤੇ ਕੇਂਦਰ ਦੀ ਬੀਜੇਪੀ ਸਰਕਾਰ ਨੇ ਜੋ ਕਿਸਾਨ ਦਿੱਲੀ ਬਾਰਡਰਾਂ 'ਤੇ ਜਾ ਰਹੀ ਸੀ ਉਹਨਾਂ 'ਤੇ ਲਾਠੀਚਾਰਜ ਕਰਕੇ ਉਹਨਾਂ 'ਤੇ ਗੋਲੀਆਂ ਭਰਾਈਆਂ ਨੇ ਅਤੇ ਸਾਡੇ ਨੌਜਵਾਨ ਸ਼ਹੀਦ ਕੀਤੇ ਨੇ। ਅੱਜ ਉਹਨਾਂ ਤਾਨਾਸ਼ਾਹੀ ਸਰਕਾਰਾਂ ਨੂੰ ਕਿਹਾ ਵੀ ਜ਼ੁਲਮ ਕਰਨਾ ਬੰਦ ਕਰ ਦਿਓ, ਨਹੀਂ ਕਿਸਾਨ ਮਜ਼ਦੂਰ ਜੋ ਅੰਨਦਾਤੇ ਨੇ ਸਾਰੇ ਦੇਸ਼ ਦਾ ਢਿੱਡ ਪਾਲਦੇ ਨੇ ਇਹ ਉੱਠਣਗੇ। ਜੇ ਤੁਸੀਂ ਕੁਝ ਕਿਸਾਨਾਂ ਮਜ਼ਦੂਰਾਂ 'ਤੇ ਇਸੇ ਤਰ੍ਹਾਂ ਲਾਠੀਚਾਰਜ ਕੀਤਾ ਤਾਂ ਸਾਰਾ ਦੇਸ਼ ਇਕਮੁੱਠ ਹੋਊਗਾ। ਅੱਜ ਉਸ ਦੇ ਰੋਸ ਵਜੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾਂ ਜਥੇਬੰਦੀ ਨੇ ਜ਼ਿਲ੍ਹਾ ਮਾਨਸਾ ਨੇ ਅੱਜ ਅਰਥੀਆਂ ਸਾੜੀਆਂ ਨੇ। ਜੇ ਹਜੇ ਵੀ ਸਰਕਾਰਾਂ ਨਾ ਟਿਕੀਆਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਅੱਗੇ ਵੱਡੇ ਸੰਘਰਸ਼ ਕਰਨ ਲਈ ਅਸੀਂ ਮਜਬੂਰ ਹੋਵਾਂਗੇ। ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਜੋ ਖਨੌਰੀ ਅਤੇ ਸ਼ੰਭੂ ਬਾਰਡਰ ਦੇ ਉੱਤੇ ਸਾਡੇ ਕਿਸਾਨਾਂ ਦੇ ਉੱਤੇ ਸ਼ਬਦ ਕੇਂਦਰ ਸਰਕਾਰ ਦੇ ਇਸ਼ਾਰੇ 'ਤੇ ਹਰਿਆਣੇ ਦੀ ਖੱਟੜ ਸਰਕਾਰ ਅਤੇ ਨਿਲ ਵਿੱਚ ਦੀ ਹਦਾਇਤਾਂ 'ਤੇ ਹਰਿਆਣਾ ਪੁਲਿਸ ਅਤੇ ਸੁਰੱਖਿਆ ਫੋਰਸਾਂ ਵੱਲੋਂ ਅਰਧ ਸੈਨਿਕ ਬਲਾਂ ਵੱਲੋਂ ਜੋ ਕੀਤਾ ਗਿਆ ਸਾਡਾ ਇੱਕ ਜਿਹੜਾ ਕਿਸਾਨ ਹੈ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਪਿੰਡ ਵੱਲੋਂ ਉਹ ਸ਼ਹੀਦ ਹੋ ਗਿਆ ਉਹਦੇ ਰੋਸ ਵਜੋਂ ਅੱਜ ਸਮੁੱਚੇ ਪੰਜਾਬ ਦੇ ਵਿੱਚ